ਕੁੜੀ ਦੇ ਪਿੱਛੇ ਇੱਕ ਮੁੰਡੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਕਾਤਲਾਂ ਨੇ ਇੱਥੇ ਹੀ ਬਸ ਨਹੀਂ ਸਗੋਂ ਖੁਦ ਹੀ ਜਿਸ ਮੁੰਡੇ ਦਾ ਕਤਲ ਕੀਤਾ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਪਹੁੰਚਦੇ ਨੇ ਤੇ ਐਮਰਜੈਂਸੀ ਦੇ ਵਿੱਚ ਦਾਖਲ ਕਰਵਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇੱਕ ਕੁੜੀ ਨੂੰ ਦੋ ਮੁੰਡੇ ਪਿਆਰ ਕਰਦੇ ਨੇ ਤੇ ਅਚਾਨਕ ਹੀ ਜੋ ਦੂਸਰਾ ਮੁੰਡਾ ਉਹ ਇੱਕ ਤੇ ਹਮਲਾ ਕਰ ਦਿੰਦਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ। ਹਾਲਾਂਕਿ ਆਪਣੇ ਗੁਨਾਹ ਨੂੰ ਛੁਪਾਉਣ ਦੇ ਲਈ ਕਿਹਾ ਜਾ ਰਿਹਾ ਕਿ ਉਹ ਤੁਰੰਤ ਹੀ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਪਹੁੰਚਦਾ ਜਿੱਥੇ ਐਮਰਜੈਂਸੀ 'ਚ ਦਾਖਲ ਕਰਵਾਉਂਦਾ ਤੇ ਜਦੋਂ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਤਾਂ ਉਹ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ ਜਿਸ ਮੁੰਡੇ ਦੀ ਮੌਤ ਹੋਈ ਹੈ ਉਸਨੇ ਹਾਲ ਹੀ ਦੇ ਵਿੱਚ BA ਕੀਤੀ ਹੈ, ਮੋਹਾਲੀ ਦੇ ਵਿੱਚ ਚੰਗੀ ਨੌਕਰੀ ਲੱਭ ਰਿਹਾ ਸੀ ਪਰ ਅਚਾਨਕ ਹੀ ਹੁਣ ਉਸਦਾ ਕਤਲ ਹੋ ਗਿਆ। ਘਟਨਾ ਦਾ ਖੁਲਾਸਾ ਉਸ ਸਮੇਂ ਹੁੰਦਾ ਜਦੋਂ ਮ੍ਰਿਤਕ ਮੁੰਡੇ ਦਾ ਇੱਕ ਦੋਸਤ ਆਪਣੇ ਦੋਸਤ ਨੂੰ ਫੋਨ ਕਰਦਾ ਤੇ ਉਸਦਾ ਫੋਨ ਜੋ ਹੈ ਕਿਸੇ ਅਨਨੋਨ ਪਰਸਨ ਦੇ ਵੱਲੋਂ ਚੱਕਿਆ ਜਾਂਦਾ ਤੇ ਉਸਨੂੰ ਕਹਿੰਦਾ ਕਿ ਉਸਦਾ ਦੋਸਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਜਿਵੇਂ ਹੀ ਉਹ ਮੌਕੇ ਦੇ ਉੱਤੇ ਪਹੁੰਚਦੇ ਨੇ ਤਾਂ ਉੱਥੇ ਉਹਨਾਂ ਨੂੰ ਜਾ ਕੇ ਪਤਾ ਲੱਗਦਾ ਕਿ ਉਸਦੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਦੇ ਵੱਲੋਂ ਹੁਣ ਇਸ ਘਟਨਾ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੁੜੀ ਦੇ ਪਿੱਛੇ ਇਹ ਕਤਲ ਹੋਇਆ ਤੇ ਜਿਨ੍ਹਾਂ ਨੇ ਕਤਲ ਕੀਤਾ ਉਹ ਖੁਦ ਹੀ ਮੁੰਡੇ ਨੂੰ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਉਣ ਦੇ ਲਈ ਪਹੁੰਚਦੇ ਨੇ ਪਰ ਉੱਥੇ ਤੱਕ ਜਾਂਦੇ ਜਾਂਦੇ ਉਸਦੀ ਮੌਤ ਹੋ ਜਾਂਦੀ ਹੈ। ਤਾਂ ਮੋਹਾਲੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਕੁੜੀ ਦੇ ਪਿੱਛੇ ਹੀ ਮੁੰਡਿਆਂ ਨੇ ਕਤਲ ਕਰ ਦਿੱਤਾ। ਭਾਅ ਜੀ ਮੇਰਾ ਫਰੈਂਡ ਸੀ ਕਰਨਵੀਰ ਸਿੰਘ, 68 ਏ ਰਹਿੰਦੇ ਹਾਂ ਅਤੇ ਮੈਂ ਇਹਨੂੰ ਫੋਨ ਕੀਤਾ ਸੀ ਸ਼ਾਮੀ। ਕਿੰਨੇ ਵਜੇ ਸਰ? ਪਹਿਲੇ ਕਰਿਆ ਉਹਨੂੰ ਦੁਪਹਿਰੇ ਕੌਣ 12 ਵਜੇ, ਕਹਿੰਦਾ ਵੀ ਮੈਂ ਆਪਣੇ ਪਾਸਪੋਰਟ ਔਫਿਸ ਆਇਆ, ਦੁਪਹਿਰੇ ਮੇਰੀ ਗੱਲ ਹੋਈ ਨਾ। ਉਸ ਤੋਂ ਬਾਅਦ ਮੇਰੀ ਗੱਲ ਹੋਈ ਇਹਦੇ ਨਾਲ ਤਕਰੀਬਨ 7:45 ਵਜੇ। ਠੀਕ ਹੈ ਜੀ। ਉਸ ਤੋਂ ਜਦੋਂ ਮੇਰੇ ਮੈਂ ਕੌਲ ਕਰੀ ਇਹਨੂੰ, ਕੋਈ ਹੋਰੇ ਬੰਦੇ ਇੱਥੇ ਅਨਨੋਨ ਮਤਲਬ ਬੰਦਾ ਬੋਲਿਆ, ਮੈਨੂੰ 2 ਵਾਰੀ ਗੱਲ ਹੋਈ, ਮੈਂ ਫੋਨ ਕੱਟਤਾ ਵੀ ਕੋਈ ਹੋਰ ਬੰਦਾ ਹੈ। ਉਸ ਤੋਂ ਬਾਅਦ ਹੁਣ ਤੋਂ ਬਾਅਦ ਮੈਂ 3 ਵਾਰ ਜਦੋਂ ਨਾ ਮੇਰੀ ਗੱਲ ਹੋਈ, ਮੈਂ ਇਹਨੂੰ ਕਹਿੰਦੇ ਵੀ ਅਸੀਂ ਕਰਨਵੀਰ ਸਿੰਘ, ਤੁਸੀਂ ਕਰਨਵੀਰ ਸਿੰਘ ਦਾ ਕੀ ਲਾਦੇ, ਮੈਂ ਕਿਹਾ ਮੈਂ ਫਰੈਂਡ ਹਾਂ। ਕਹਿੰਦੇ ਵੀ ਕਰਨਵੀਰ ਸਿੰਘ ਤਾਂ ਹੋਸਪਿਟਲ ਸੁਹਾਣੇ ਐਮਰਜੈਂਸੀ 'ਚ ਐਡਮਿਟ ਹੈ, ਠੀਕ ਵੀ ਉਹ ਬੇਹੋਸ਼ ਹੋਇਆ ਹੋਇਆ। ਫਿਰ ਮੈਂ ਉਹਨਾਂ ਨੂੰ ਬੋਲਿਆ ਵੀ ਤੁਸੀਂ ਉਹਦੇ ਫਾਦਰ ਸਾਹਿਬ ਨੂੰ ਕਨੈਕਟ ਕਿਉਂ ਨਹੀਂ ਕਰਿਆ? ਉਹ ਕਹਿੰਦੇ ਵੀ ਅਸੀਂ ਤਾਂ ਕਰਦੇ, ਸਾਡੇ ਕੋਲ ਫੋਨ ਦਾ ਪਾਸਵਰਡ ਹੁੰਦਾ, ਠੀਕ ਹੈ ਜੀ। ਫਿਰ ਮੈਂ ਕਿਹਾ, ਮੈਂ ਕਿਹਾ ਠੀਕ ਹੈ, ਮੈਂ ਉਹਦੇ ਫਾਦਰ ਸਾਹਿਬ ਨੂੰ ਕਹਿੰਦਾ, ਉਹ ਤੁਹਾਡੇ ਨਾਲ ਕਾਲ 'ਤੇ ਗੱਲ ਕਰ ਲੈਣਗੇ, ਠੀਕ ਹੈ। ਉਹ ਕਹਿੰਦੇ ਕੋਈ ਗੱਲ। ਫਿਰ ਮੈਂ ਉਹਦੇ ਫਾਦਰ ਸਾਹਿਬ ਨੂੰ ਗੱਲ ਕਰੀ, ਉਹਨਾਂ ਨੇ ਇਹਨਾਂ ਨਾਲ ਕੰਟੈਕਟ ਕਰਿਆ, ਫੋਨ ਕਰਿਆ ਉਹਨਾਂ ਨੂੰ, ਉਹਦੇ ਸਾਹਿਬ ਫਾਦਰ ਸਾਹਿਬ ਦਾ ਮੈਨੂੰ 5-7 ਮਿੰਟ ਬਾਅਦ ਫਿਰ ਫੋਨ ਆਇਆ, ਕਹਿੰਦੇ ਵੀ ਤੂੰ ਜਲਦੀ ਹੋਸਪਿਟਲ 'ਚ ਆ ਜਾ, ਵੀ ਕਰਨ ਨੂੰ ਉਰੇ ਡੈਡ ਕਰਤਾ ਇਹਨਾਂ ਨੇ, ਮਤਲਬ ਡਾਕਟਰ ਸਾਹਿਬ ਨੇ ਕਿਹਾ ਵੀ ਡੈਡ ਕੋਸ਼ਿਸ਼ ਕਰਤਾ ਕਿ ਤੂੰ 10-15 ਮਿੰਟ 'ਚ ਪਹੁੰਚ ਜਾ। ਉਸ ਤੋਂ ਬਾਅਦ ਅਸੀਂ ਇੱਥੇ ਆਏ ਅੰਦਰ, ਫਿਰ ਅਸੀਂ ਚੈੱਕ ਕਰਿਆ। ਸਰ ਕੀ ਲੱਗਦਾ ਤੁਹਾਨੂੰ ਵੀ ਇਹ ਕੀ ਕਿੱਦਾਂ, ਮਤਲਬ ਕਿੱਦਾਂ ਹੋਈ? ਮਰਡਰ ਹੈ ਸਰ? ਕਿੱਥੇ ਹੋਇਆ? ਇਹਦੇ ਵੀ ਨਿਸ਼ਾਨ ਹੋਏ ਹੋਏ ਆ। ਇਹ ਹੁਣ ਪੁਲਿਸ ਇਨਵੈਸਟੀਗੇਸ਼ਨ ਕਰੇਗੀ, ਉਹ ਕਹਿੰਦੇ ਵੀ ਮਿੱਟੀ ਕੋਲ ਹੋਇਆ ਕੋਈ। ਅੱਛਾ ਜੀ। ਪਾਰਟ ਟਾਈਮ ਕੋਈ ਕੋਈ ਆਪਣੇ ਜੋਬ ਕਰਦੇ ਸੀ, ਇੱਥੇ ਲਾਇਸੈਂਸ ਦਫ਼ਤਰ 'ਚ ਵੀ ਆਪਣਾ ਫਾਈਲਾਂ ਫੂਲਾਂ ਵਗੈਰਾ ਸਬਮਿਟ ਕਰ ਲਈ ਸੀ, ਜਿਸ ਤਰ੍ਹਾਂ ਆਪਣਾ ਬਾਹਰੋਂ ਏਜੰਟ ਵਗੈਰਾ ਕਰ ਰਹੇ। ਠੀਕ ਹੈ ਸਰ। ਹਾਂ, ਹੁਣ ਇੱਦਾਂ ਕੋਈ ਕੰਪਲੇਂਟ ਨਹੀਂ ਸੀ ਮੁੰਡੇ ਦੀ, ਹੁਣ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਚੱਲੇਗਾ ਸਰ ਮਰਡਰ ਦਾ ਕੀ ਕਾਰਨ ਲੱਗ ਰਿਹਾ ਇਹਨਾਂ ਦੇ ਪਰਿਵਾਰ ਵਾਲੇ ਕੋਲ। ਇਨਵੈਸਟੀਗੇਸ਼ਨ ਪਤਾ ਹੁਣ ਬਾਅਦ 'ਚ ਲੱਗੇਗਾ। ਪਰਿਵਾਰ ਸਰ ਵਿਆਹ ਹੋਏ ਸੀ, ਕਿੱਦਾਂ ਇਹਨਾਂ ਦਾ ਮੁੰਡੇ ਦਾ? ਪ੍ਰਬਲ ਮੁੰਡਾ ਕੋਈ ਇੱਥੇ ਐਡਮਿਟ ਕਰਾ ਕੇ ਗਿਆ ਉਹਨੂੰ, ਕਹਿੰਦੇ ਉਸੀ ਨੇ ਮਰਡਰ ਕਰਿਆ, ਉਹ ਆਪੇ ਹੀ ਇੱਥੇ ਐਡਮਿਟ ਕਰਾ ਕੇ ਗਿਆ। ਮਤਲਬ ਉਹ ਕਹਿ ਕੇ ਗਿਆ ਮਰਡਰ ਕਰਨ? ਇੱਥੇ ਉਹਦੇ ਸਿਗਨੇਚਰ ਹੋਏ ਹੋਏ ਆ, ਆਧਾਰ ਕਾਰਡ ਪੁਲਿਸ ਵਾਲਿਆਂ ਕੋਲ ਉਹਨਾਂ ਦਾ ਹੈਗਾ, ਉਹਨਾਂ ਸਾਨੂੰ। ਕਿੰਨੇ ਸਰ, ਕਿੰਨੇ ਕੁ ਸ਼ਾਰਪ ਵੈਪਨ ਲੱਗੇ ਤੁਹਾਨੂੰ ਲੱਗਦਾ ਕਿ ਗਰਦਨ 'ਤੇ ਜਾਂ ਕਿਤੇ? ਬਹੁਤ ਇੱਥੇ ਵੀ ਸਮਝ ਲਓ ਅਸੀਂ ਬਹੁਤ ਕੁਸਤੀ ਮਾਰਿਆ ਹੋਇਆ ਸੱਟ। ਇਹ ਸਰ ਰਹਿਣ ਵਾਲੇ ਮੂਲ ਰੂਪ ਤੋਂ ਕਿੱਥੋਂ ਦੇ ਨੇ, ਮੋਹਾਲੀ 'ਚ ਕਿੱਥੇ ਰਹਿ ਰਹੇ ਜੀ? ਇਹ ਪਿੱਛੋਂ ਤਾਂ ਭਾਈ ਸ਼ਾਇਦ, ਇਹ ਤਾਂ ਮੈਨੂੰ ਪਤਾ ਨਹੀਂ, ਸ਼ਾਇਦ ਨਕੋਦਰ ਕੋਲ ਤੋਂ ਰਹਿੰਦਾ, ਵੈਸੇ ਰਹਿੰਦੇ 68 ਹੈ। 68 ਜਦੋਂ ਸਰ ਵਿਆਹੇ ਹੋਏ ਨੇ? 68 ਰਹਿੰਦੇ ਹੈ। ਵਿਆਹੇ ਹੋਏ ਨੇ? ਨਹੀਂ, ਇਹਦੇ 24 ਸਾਲ ਦੀ ਉਮਰ ਹੈ। ਅੱਛਾ, 24। ਹਾਂਜੀ। ਫੈਮਿਲੀ 'ਚ ਕੌਣ ਕੌਣ ਹੈ ਸਰ? ਫੈਮਿਲੀ 'ਚ ਸਿਸਟਰ ਹੈ, ਮਦਰ ਹੈ, ਫਾਦਰ ਹੈ। ਬਲ ਸਾਹਿਬ, ਇੱਕ ਨੌਜਵਾਨ ਦੇ ਜਿਹੜਾ ਕਤਲ ਦਾ ਮਾਮਲਾ ਸਾਹਮਣੇ ਆਇਆ, ਕੀ ਹੁਣ ਤੱਕ ਦੀ ਜਿਹੜੀ ਇਨਫੋਰਮੇਸ਼ਨ ਹੈ ਅਤੇ ਕਾਰਨ ਕੀ ਹੈ?
ਬੇਸਿਕਲੀ ਇੱਕ ਬੱਚਾ ਸੀ 24 ਸਾਲ ਦਾ ਕਰਨਵੀਰ, ਜਿਹਦੇ ਕੱਲ ਗਲਾ ਘੁੱਟਣ ਨਾਲ ਕਤਲ ਹੋਇਆ। ਪ੍ਰਬਲ ਟਾਈਟਸ ਨੇ ਇਹਦੇ ਵਿੱਚ ਕੀ ਕਹਿੰਦੇ ਉਹਨਾਂ ਨਾਲ ਸਕਫਲ ਦੇ ਵਿੱਚ ਇਹਦੇ 'ਚ ਉਹਦਾ ਕਤਲ ਕੀਤਾ। ਇਹ ਇੱਕ ਜਿਹੜਾ ਹੋਇਆ ਕਿਸੇ ਲੜਕੀ ਦੇ ਪਿੱਛੇ ਹੋਇਆ, ਜਿੱਦਾਂ ਕੀ ਕਹਿੰਦੇ ਉਹਦੀ ਅਸੀਂ ਡਿਟੇਲਿੰਗ ਤੁਹਾਨੂੰ ਬਾਅਦ 'ਚ ਦੱਸਦੇ ਹਾਂ। ਇਹ ਆਪਣੇ ਅਜੇ ਹੁਣੇ ਹੀ ਉਹਨੇ ਪੜ੍ਹਾਈ ਕਰਕੇ ਅਤੇ ਆਪਣਾ ਨਿੱਜੀ ਕੰਮ ਵੇਖ ਲਿਆ ਸੀ। ਨਹੀਂ, ਇੱਕ ਉਹ ਮੁੰਡਾ ਜਿਹੜਾ ਪ੍ਰਬਲ ਟਾਈਟਸ ਹੈ ਉਹ ਵੀ ਉਹਨੂੰ ਹੀ ਚਾਹੁੰਦਾ ਸੀਗਾ, ਜਿਹਦੇ ਕਰਕੇ ਇਹ। ਹਾਂਜੀ ਇਹਦੀ ਇਹਦੀ ਜਿਹੜੀ ਡਿਟੇਲਿੰਗ ਹੈ, ਅਸੀਂ ਹੁਣ ਇਹ ਪੋਸਟਮਾਰਟਮ ਚੱਲ ਰਿਹਾ। ਇਹ ਰਾਤ ਹੀ ਅਸੀਂ ਐੱਫ ਆਈ ਆਰ ਅਰਲੀ ਮੋਰਨਿੰਗ ਦੇ ਵਿੱਚ ਐੱਫ ਆਈ ਆਰ ਦਿੱਤੀ ਹੈ 39 ਨੰਬਰ ਅਤੇ ਆਈ ਟੀ ਸਿਟੀ ਦੀ, ਅਤੇ ਉਸ ਤੋਂ ਬਾਅਦ ਅਸੀਂ ਡਿਟੇਲਿੰਗ ਇਹਦੇ ਬਾਰੇ ਤੁਹਾਨੂੰ ਵੱਖਰੇ ਤੌਰ 'ਤੇ ਦੇਵਾਂਗੇ ਜਦੋਂ ਬੰਦੇ ਦੀ ਅਰੈਸਟ। ਬਿਲਕੁਲ ਠੀਕ ਹੈ ਜੀ, ਇਹ ਉਹਦਾ ਪ੍ਰਬਲ ਟਾਈਟਸ ਨੇ ਹੀ ਇਹਨੂੰ ਸ਼੍ਰੀ ਹਰਕ੍ਰਿਸ਼ਨ ਹੋਸਪਿਟਲ ਦੇ ਵਿੱਚ ਦਾਖਲ ਕਰਾਇਆ। ਸੀ ਸੀ ਟੀ ਵੀ ਫੁਟੇਜ ਵੀ ਸਾਡੇ ਕੋਲ ਹੈਗੀ ਹੈ ਅਤੇ ਇਹਦੇ ਰਿਕਾਰਡ ਦੇ ਵਿੱਚ, ਉਹਦੇ ਵਿੱਚ ਕਲੀਅਰ ਉਹਨੂੰ ਲੈ ਕੇ ਵੀ ਛੱਡ ਕੇ ਵੀ ਉੱਥੇ ਆਉਂਦੇ ਆ, ਅਤੇ ਉੱਥੇ ਮੌਕੇ 'ਤੇ ਉਹਦੀ ਕਾਰ ਵੀ ਸਾਨੂੰ ਮਿਲੀ ਹੈ, ਜਿਹਦੇ ਵਿੱਚ ਉਹਦੀ ਅਸੀਂ ਐੱਫ ਐੱਸ ਐੱਲ ਫੋਰੈਂਸਿਕ ਸਾਇੰਸ ਲੈਬੋਰਟਰੀ ਦੀ ਟੀਮ ਵੱਲੋਂ ਉਹਦੇ ਵਿੱਚ ਉਹਨੂੰ ਕਬਜ਼ੇ 'ਚ ਵੀ ਲਿਆ, ਅਤੇ ਉਹਦੇ ਵਿੱਚ ਉਹਨਾਂ ਨੇ ਆਪਣੀ ਟੀਮ ਨੇ ਪੂਰੀ ਉਹਦੀ ਜਾਂਚ ਕਰਕੇ ਆਪਣੀ ਰਿਪੋਰਟ ਛੇਤੀ ਸਾਨੂੰ ਦੇਣ। ਪਰਚਾ ਦਰਜ ਹੋ ਗਿਆ 302-120-B ਆਈ ਪੀ ਸੀ, ਅਜੇ ਤੱਕ ਫਿਲਹਾਲ ਨਹੀਂ ਹੈ, ਪਰ ਛੇਤੀ ਹੀ ਦੋਸ਼ੀ। ਇਹਦੇ ਵਿੱਚ ਅਜੇ ਜਦੋਂ ਪ੍ਰੋਬਲ ਟਾਈਟਸ ਤੋਂ ਬਾਅਦ ਹੀ ਸਾਰੀ ਡਿਟੇਲਿੰਗ ਤੁਹਾਨੂੰ ਅਸੀਂ ਦੱਸ ਪਾਵਾਂਗੇ।